ਸਤ ਸ੍ਰੀ ਅਕਾਲ ਜੀ ਦੋਸਤੋ ਸਤ ਸ੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਇੱਕ ਵਾਰੀ ਫੇਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਅਤੇ ਸਵਾਗਤ ਕਰਦਾ ਹਾਂ ਜੀ ਸਾਰਿਆਂ ਦਾ ਇੱਕ ਵਾਰ ਤੋਂ ਫੇਰ ਇਸ ਚੈਨਲ ਦੇ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਦੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਪਹਿਲਾ ਆਈਕਨ ਦੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲ ਰਹੀ ਸੋ ਇਸ ਚੈਨਲ ਦੇ ਉੱਤੇ ਪੀਐਸਟ ਅਰ ਸੀਟੈਟ ਮਾਸਟਰ ਕੈਡਰ ਐਂਟੀਟੀ ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬ ਕੁਸਤੀ ਰਿਕਾਰਡਿੰਗ ਜਿਹੜਾ ਦੇਖ ਸਕਦੇ ਹੋਗੇ ਕਿ ਸੋ ਅੱਜ ਦੇ ਸੈਸ਼ਨ ਦੇ ਵਿੱਚ ਦਾ ਦਿੱਲੀ ਸਲਤਨਤ ਆਫ ਸਲਤਨਤ ਆਫ ਦਿੱਲੀ ਦੇ ਬਾਰੇ ਡਿਸਕਸ ਕਰਾਂਗੇ ਸੋ ਹਿਸਟਰੀ ਆਫ ਇੰਡੀਆ ਦਾ ਹੀ ਪਾਰਟ ਰਹੂਗਾ ਜੋ ਕਿ ਮਾਸਟਰ ਗੀਡਰ ਔਰ ਇਸ ਤੋਂ ਇਲਾਵਾ ਐਂਟੀਟੀ ਪੀਐਸਟੈਟ ਐਗਜ਼ਾਮ ਦੇ ਵਿੱਚ ਵੀ ਤੁਹਾਡੇ ਲਈ ਹੈਲਪ ਰਹੂਗਾ ਸੋ ਮੈਂਸ਼ਨ ਮਸਟ ਗ੍ਰੀਟਡ ਕੀਤਾ ਹੈ ਕਿਉਂਕਿ ਸਪੈਸ਼ਲੀ ਪਾਰਟ ਉਸ ਦਾ ਬੰਦਾ ਹੈ ਸੋ ਬਾਕੀ ਦੇ ਐਗਜ਼ਾਮਰਾਂ ਦੇ ਵਿੱਚ ਵੀ ਜਿਹੜੇ ਇਹ ਕੁਐਸਚਨ ਆਉਂਦੇ ਰਹਿੰਦੇ ਨੇ ਸੋ ਇਸ ਕਰਕੇ ਤੁਸੀਂ ਉੱਥੇ ਵੀ ਉਸ ਨੂੰ ਕਰ ਸਕਦੇ ਹੋ ਰੀਡ ਕਰ ਸਕਦੇ ਹੋ ਉਸ ਦੇ ਲਈ ਵੀ ਠੀਕ ਹੈ ਸੋ ਸੈਕੰਡ ਪਾਰਟ ਹੈ ਸੋ ਪਹਿਲਾਂ ਫਰਸਟ ਪਾਰਟ ਜਿਹੜਾ ਕੰਪਲੀਟ ਕਰ ਦਿੱਤਾ ਸੀਗਾ ਸੋ ਮਸਟ ਗ੍ਰੀਟ ਦਾ ਕਾਫੀ ਸਾਰਾ ਜਿਹੜਾ ਸਿਲੇਬਸ ਹੋ ਪੈਂਡਿੰਗ ਰਿਹਾ ਸੀ ਉਸ ਨੂੰ ਪੂਰਾ ਕਰਾਂਗੇ ਤਾਂ ਕਿ ਨੈਕਸਟ ਜਿਹੜਾ ਐਗਜ਼ਾਮ ਹੋ ਉਸ ਦੇ ਵਿੱਚ ਤੁਸੀਂ ਇਸੇ ਚੈਨਲ ਦੇ ਵਿੱਚ ਉਹ ਸਾਰਾ ਕੁਝ ਜਿਹੜਾ ਕਰ ਬੈ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਜਿਹੜੀਆਂ ਉਹ ਮਿਲਦੀਆਂ ਰਹਿਣੀਆਂ ਸੋ ਇਹ ਗਰੁੱਪ ਜਿਹੜਾ ਪੇਡ ਹੈ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਕਰ ਸਕਦੇ ਹੈਗੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਔਰ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੀ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਸੋ ਦਿੱਲੀ ਸਹਾਤਰ ਜਿਹੜਾ ਉਹ ਕਾਫੀ ਇੰਪੋਰਟੈਂਸ ਰੱਖਦਾ ਹੈ ਮਾਸਟਰ ਗ੍ਰੈਜੂਏਟ ਦੇ ਲਈ ਫਿਲਹਾਲ ਇਸ ਲਾਸਟ ਐਗਜ਼ਾਮ ਦੇ ਵਿੱਚ ਜਿਹੜਾ ਹੋਇਆ ਮਾਸਟਰ ਗ੍ਰੈਜੂ ਕਵੈਸਚਨ ਆਇਆ ਸੀਗੇ ਸੋ ਹੋ ਸਕਦਾ ਹੈ ਕਿ ਨੈਕਸਟ ਦੇ ਵਿੱਚ ਇਸ ਦੀ ਜ਼ਿਆਦਾ ਸੰਭਾਵਨਾ ਰਹੇ ਕਿਉਂਕਿ ਇਸ ਵਾਰ ਦਾ ਜਿਹੜਾ ਪੇਪਰ ਰਿਹਾ ਉਹ ਜ਼ਿਆਦਾਤਰ ਪ੍ਰੀਵੀਅਸ ਪੇਪਰ ਦੇ بیس ਦੇ ਆਧਾਰ ਦੇ ਉੱਪਰ ਹੀ ਰਿਹਾ ਹੈਗਾ ਠੀਕ ਹੈ ਸੋ ਬੀ ਕੁਐਸਚਨ ਪਹਿਲਾਂ ਹੋ ਚੁੱਕੇ ਨੇ ਸੋ 21 ਨੰਬਰ ਕੁਐਸਚਨ ਹੈ ਈਵਨ ਬਤੂਤਾ ਕਿਸ ਦੇ ਸ਼ਾਸਨ ਕਾਲ ਦੌਰਾਨ ਭਾਰਤ ਆਇਆ ਸੀ ਆਪਸ਼ਨ 1 ਹੈ ਬਲਬਨ ਦੇ ਆਪਸ਼ਨ 2 ਹੈ ਮੁਹੰਮਦ ਤੁਗਲਕ ਦੇ ਆਪਸ਼ਨ 3 ਹੈ ਇਲਤੋਤਮਿਸ ਦੇ ਆਪਸ਼ਨ 4 ਹੈ ਫਿਰੋਜ਼ ਸ਼ਾ ਤੁਗਲਕ ਦੇ ਸੋ ਈਵਨ ਬਤੂਤਾ ਸੀਗਾ ਜਿਹੜਾ ਉਹ ਮੁਹੰਮਦ ਤੁਗਲਕ ਦੇ ਸਮੇਂ ਭਾਰਤ ਦੇ ਵਿੱਚ ਆਇਆ ਸੀਗਾ ਸੋ ਇੱਕ ਇਹ ਵਿਦੇਸ਼ੀ ਰਾਜਦੂਤ ਸੀਗਾ ਜਿਹੜਾ ਕਿ ਇਨਫਰਮੇਸ਼ਨ ਲੈਣ ਦੇ ਲਈ ਜਿਹੜਾ ਪਹੁੰਚਿਆ ਸੀਗਾ ਇੱਥੇ ਸੋ ਕਾਫੀ ਜਾਰੀ ਜਿਹੜੀ ਕਹਿ ਸਕਦੇ ਆ ਇਨਫਰਮੇਸ਼ਨ ਇਸਨੇ ਇਤਿਹਾਸ ਦੇ ਰੂਪ ਦੇ ਵਿੱਚ ਸਾਨੂੰ ਪ੍ਰੋਵਾਈਡ ਕੀਤੀ ਹੈ ਕਾਫੀ ਕੁਝ ਜਿਹੜਾ ਇਸਨੇ ਉਸ ਸਮੇਂ ਦੇ ਸਿਸਟਮ ਬਾਰੇ ਸਾਨੂੰ ਆਪਣੀ ਬੁੱਕਸ ਦੇ ਵਿੱਚ ਦੱਸਿਆ ਹੋਇਆ ਹੈ ਨੈਕਸਟ ਹੈ ਇਵਨ ਬਤੂਤਾ ਕਿਤੋਂ ਦਾ ਪ੍ਰਸਿੱਧ ਯਾਤਰੀ ਸੀ অপਸ਼ਨ 1 ਹੈ ਇੰਗਲੈਂਡ ਦਾ অপਸ਼ਨ 2 ਹੈ ਜਰਮਨੀ ਦਾ অপਸ਼ਨ 3 ਹੈ ਮੋਰਾਕੋ ਦਾ অপਸ਼ਨ 4 ਹੈ ਬ੍ਰਾਜ਼ੀਲ ਦਾ ਸੋ ਇਵਨ ਬਤੂਤਾ ਸੀਗਾ ਜਿਹੜਾ ਇੱਕ ਪ੍ਰਸਿੱਧ ਯਾਤਰੀ ਸੀਗਾ ਸੇ ਮੋਰਾਕੋ ਰਾਜ ਦਾ ਸੀਗਾ ਮੋਰਾਕੋ ਦੇਸ਼ ਦਾ ਸੀਗਾ ਜਿੱਥੇ ਕਹਿ ਸਕਦੇ ਹੈ ਕਿ ਅੰਗਰੇਜ਼ ਹਨ ਇੱਕ ਕਾਫੀ ਅੱਛਾ ਮੈਟਰ ਇਹਨਾਂ ਨੇ ਲਿਖ ਕੇ ਦਿੱਤਾ ਹੈ ਭਾਰਤੀ ਰਾਜਨੀਤਿਕ ਵਿਵਸਥਾ ਦੇ ਬਾਰੇ ਜਾਂ ਭਾਰ ਦੇ ਰਾਜਿਆਂ ਦੇ ਬਾਰੇ ਜਿਸ ਬਾਰੇ ਅਸੀਂ ਜਾਣ ਸਕਦੇ ਹਾਂ ਇਹਨਾਂ ਦੀਆਂ ਰਚਨਾਵਾਂ ਤੋਂ ਨੈਕਸਟ ਹੈ 23 ਨੰਬਰ ਇਬਨ ਬਤੂਤਾ ਦੀ ਪ੍ਰਸਿੱਧ ਪੁਸਤਕ ਦਾ ਨਾਮ ਹੈ ਸੋ ਆਪਸ਼ਨ 1 ਹੈ ਕਿਤਾਬ ਉਲ ਰਹਿਾਲਾ ਆਪਸ਼ਨ 2 ਹੈ ਤਾਰੀਖੇ ਫਿਰੋਜ਼शाही ਆਪਸ਼ਨ 3 ਹੈ ਕਿਤਾਬ ਉਲ ਜਾਮਿਨੀ ਆਪਸ਼ਨ 4 ਹੈ ਤਬਕਾਤੀ ਨਾਸਰੀ ਸੋ ਇਬਨ ਬਤੂਤਾ ਦੀ ਪ੍ਰਸਿੱਧ ਪੁਸਤਕ ਦਾ ਨਾਮ ਹੈ ਇਹਨਾਂ ਦੇ ਵਿੱਚੋਂ ਕਿਤਾਬ ਉਲ ਰਹਿਾਲਾ ਸੋ ਇਹ ਪੁਸਤਕਾਂ ਕਾਫੀ ਇੰਪੋਰਟੈਂਟ ਰਹਿੰਦੀਆਂ ਨੇ ਹਰ ਵਾਰ ਪੁੱਛੀਆਂ ਜਾਂਦੀਆਂ ਨੇ ਕੋਈ ਵੀ ਪੁਸਤਕ ਪੁੱਛੀ ਜਾ ਸਕਦੀ ਹੈ ਕਿ ਕਿਹੜੇ ਕਿਹੜੇ ਰਾਈਟਰ ਦੀ ਹੈ ਕਿ ਸਮੇਂ ਦੇ ਦੌਰਾਨ ਲਿਖੀ ਗਈ ਹੈ ਜਾਂ ਕੌਣ ਸਮੇਂ ਦਾ ਰਾਜਾ ਸੀਗਾ ਜਿਸ ਸਮੇਂ ਇਸ ਪੁਸਤਕ ਨੂੰ ਲਿਖਿਆ ਗਿਆ ਸੀ ਜਾਂ ਕਿਸ ਰਾਜੇ ਦੇ ਬਾਰੇ ਜਿਹੜਾ ਇਹ ਪੁਸਤਕ ਦੱਸਦੀ ਹੈ ठीक है नेक्स्ट है चौबीस नंबर शबाद शहाब्दून मोहम्मद गौरी किसका पूरा नाम से अकबर का ऑप्शन दो है शाहजहां का ऑप्शन तीन है कुतुबदीन ऐबक का ऑप्शन चार है मोहम्मद गौरी का सो कई बार पूरे नाम भी पूछ लाए जाते होंगे इन्होंने so, सो मोहम्मद गौरी का पूरा नाम शहाब्दीन मोहम्मद गौरी सो so, यही काफी इंपोर्टेंट है ठीक है जी नैक्सट है 25 ਨੰਬਰ ਮੁਹੰਮਦ ਗੋਰੀ ਕਿਸ ਦਾ ਛੋਟਾ ਭਰਾ ਸੀ ਸੋ ਆਪਸ਼ਨ 1 ਹੈ ਬਖਤਿਆਰ ਦਾ ਆਪਸ਼ਨ 2 ਹੈ ਗਿਆਸੂਦੀਨ ਦਾ ਆਪਸ਼ਨ 3 ਹੈ ਜਲਉਦਦ ਦਾ ਆਪਸ਼ਨ 4 ਹੈ ਨਾਸਰਉਦੀਨ ਕੋਬਚਾ ਦਾ ਸੋ ਮੁਹੰਮਦ ਗੋਰੀ ਸੀਗਾ ਜਿਹੜਾ ਉਹ ਗਿਆਸੂਦੀਨ ਦਾ ਛੋਟਾ ਭਰਾ ਸੀਗਾ ਜੋ ਕਿ ਕਹਿ ਸਕਦੇ ਹਾਂ ਗਜਨੀ ਦਾ ਸ਼ਾਸਕ ਸੀਗਾ ਨੈਕਸਟ ਹੈ ਗਿਆਸੂਦੀਨ ਕਿੱਥੋਂ ਦਾ ਸ਼ਾਸਕ ਸੀ ਸੋ ਆਪਸ਼ਨ 1 ਹੈ ਈਰਾਨ ਦਾ ਆਪਸ਼ਨ 2 ਹੈ ਗੌਰ ਦਾ ਆਪਸ਼ਨ 3 ਹੈ ਪੰਜਾਬ ਦਾ ਆਪਸ਼ਨ 4 ਹੈ ਬੰਗਾਲ ਦਾ ਸੋ ਗਿਆਸੋਦੀਨ ਸੀਗਾ ਜਿਹੜਾ ਉਹ ਗੌਰ ਦਾ ਜਿਹੜਾ ਸ਼ਾਸਕ ਸੀਗਾ ਅਤੇ ਮੁਹੰਮਦ ਗੋਰੀ ਦਾ ਵੱਡਾ ਭਰਾ ਸੀਗਾ। ਨੈਕਸਟ ਹੈ ਸਟਾਈ ਨੰਬਰ ਗਿਆਸੋਦੀਨ ਨੇ ਮੁਹੰਮਦ ਗੋਰੀ ਨੂੰ ਗਜਨੀ ਦਾ ਸ਼ਾਸਕ ਕਦੋਂ ਨਿਯੁਕਤ ਕੀਤਾ? ਸਵਾਲਪਸ਼ਨ 1 ਹੈ 1178 ਵਿਚ, ਆਪਸ਼ਨ 2 ਹੈ 1175 ਵਿਚ, ਆਪਸ਼ਨ 3 ਹੈ 1177 ਵਿਚ, ਆਪਸ਼ਨ 4 ਹੈ 1173 ਵਿਚ। ਸੋ ਗਿਆਸੂਦੀਨ ਨੇ ਮੁਹੰਮਦ ਗੋਰੀ ਨੂੰ ਗਜਨੀ ਦਾ ਸ਼ਾਸਕ 1173 ਦੇ ਵਿੱਚ ਬਣਾਇਆ ਸੀ ਸੋ ਗਿਆਸੂਦੀਨ ਦੇ ਜਦੋਂ ਗਜਨੀ ਦੇ ਵਿੱਚ ਕਹਿ ਸਕਦੇ ਹਾਂ ਨਾ ਸ਼ਾਸਨ ਕਰਨ ਦੇ ਲਈ ਜਿਹੜਾ ਸਟ੍ਰਗਲ ਕੀਤੀ ਜਾਂ ਕਹਿ ਸਕਦੇ ਹਮਲਾ ਕੀਤਾ ਉਸ ਦੌਰਾਨ ਮੁਹੰਮਦ ਗੋਰੀ ਨੇ ਕਾਫੀ ਹੈਲਪ ਕੀਤੀ ਸੀ ਇਸੇ ਕਰਕੇ ਕਹਿ ਸਕਦੇ ਹੈਗੇ ਅੰਗਰੇਜ਼ ਨੂੰ 1173 ਦੇ ਵਿੱਚ ਮੁਹੰਮਦ ਗੋਰੀ ਨੂੰ ਗਜਨੀ ਦਾ ਸ਼ਾਸਕ ਇਸ ਨੇ ਬਣਾ ਦਿੱਤਾ ਸੀ ਠੀਕ ਹੈ ਨੈਕਸਟ ਹੈ ਕਿਸ ਸ਼ਾਸਕ ਨੇ ਨਾ ਤਾਂ ਆਪਣੇ ਨਾਮ ਦੇ ਸ਼ਿੱਕੇ ਜਾਰੀ ਕੀਤੇ ਅਤੇ ਨਾ ਹੀ ਕਤਬਾ ਜਿਹੜਾ ਪੜਿਆ ਸੀ ਸੋ ਇਹ ਕਿਹੜਾ ਹੈ ਗਿਆਸੁद्दीन ਸੀ ਮੁਹੰਮਦ ਗੋਰੀ ਸੀ ਆਪਸ਼ਨ 3 ਹੈ ਕਤਬਦੀਨ ਐਬਕ ਸੀ ਆਪਸ਼ਨ 4 ਹੈ ਬਖਤਿਆਰ ਖਲਜੀ ਸੀਗਾ ਸੋ ਕਾਫੀ ਕਹਿ ਸਕਦੇ ਹਾਂ ਨਾ ਜਾਣਿਆ ਜਾਂਦਾ ਸੀ ਉਸ ਸਮੇਂ ਦੇ ਵਿੱਚ ਸੋ ਇਹ ਆਪਣੇ ਵੱਡੇ ਭਰਾ ਨੂੰ ਕਹਿ ਸਕਦੇ ਹਾਂ ਨਾ ਇੱਕ ਪਿਤਾ ਸਮਾਨ ਠੀਕ ਹੈ ਸਮਝਦੇ ਸੀਗੇ ਸੋ ਇਸੇ ਕਰਕੇ ਹੀ ਇਹਨਾਂ ਨੇ ਨਾ ਤਾਂ ਆਪਣੇ ਨਾਂ ਦੇ ਕੋਈ ਸਿੱਕੇ ਜਾਰੀ ਕੀਤੇ ਤੇ ਨਾ ਹੀ ਕੋਈ ਖਤਵਾ ਪੜਿਆ ਸੋ ਮੁਹੰਮਦ ਗੋਰੀ ਸੀਗਾ ਇੱਕ ਅਜਿਹਾ ਸ਼ਾਸਕ ਜਿਸਨੇ ਨਾ ਕੋਈ ਸਿੱਕਾ ਜਾਰੀ ਕੀਤਾ ਤੇ ਨਾ ਹੀ ਕੋਈ ਖਤਵਾ ਪੜਿਆ ਸੀ ਨੈਕਸਟ ਹੈ 29 ਨੰਬਰ ਮੁਹੰਮਦ ਗੋਰੀ ਨੇ ਕਦੋਂ ਤੱਕ ਸ਼ਾਸਨ ਕੀਤਾ ਆਪਸ਼ਨ 1 ਹੈ 1201 ਤੱਕ ਆਪਸ਼ਨ 2 ਹੈ 1206 ਤੱਕ ਆਪਸ਼ਨ 3 ਹੈ 1208 ਤੱਕ ਆਪਸ਼ਨ 4 ਹੈ 1204 ਤੱਕ राइट आंसर बी ऑप्शन सो बारह सौ छे तक मुहम्मद गौरी ने जिड़ा शासन किया नैक्सट है ती नंबर मोहम्मद गौरी ने भारत से कदों हमला किया ऑप्शन so, एक है ग्यारह सौ पचहत्तर तो लेके बारह सौ छे तक ऑप्शन दो है ग्यारह सौ सत्तर तो लेके बारह सौ छे तक ऑप्शन तीन है ग्यारह सौ तो लेके बारह सौ छे तक ऑप्शन तो चार है ग्यारह सौ अस्सी तो लेके बारह सौ छे तक ਸੂਬਾ ਮੁਹੰਮਦ ਗੋਰੀ ਨੇ ਭਾਰਤ ਦੇ ਉੱਪਰ ਕਾਫੀ ਸਾਰੇ ਜਿਹੜੇ ਹਮਲੇ ਕੀਤੇ ਆ ਸੇ ਹਮਲੇ 1175 ਤੋਂ ਲੈ ਕੇ 1206 ਈਸਵੀ ਤੱਕ ਇਸ ਨੇ ਕੀਤੇ ਸੀਗੇ ਨੈਕਸਟ ਹੈ 31 ਨੰਬਰ ਮੁਹੰਮਦ ਗੋਰੀ ਦੇ ਹਮਲਿਆਂ ਦੌਰਾਨ ਇਸ ਦੇ ਕਿਹੜੇ ਮਹੱਤਵਪੂਰਨ ਸਨਪਤੀਆਂ ਨੇ ਸਹਿਯੋਗਦਾਨ ਦਿੱਤਾ ਸੋ ਆਪਸ਼ਨ 1 ਹੈ ਕਤਬਦੀਨ ਐਬਕ ਆਪਸ਼ਨ 2 ਹੈ ਬਖਤਿਆਰ ਖਲਜੀ অপশন 3 ਹੈ ਤਾਜ਼ੁਦਿਨ ਜਲਦੋਜ অপশন 4 ਹੈ ਨਸਰੁਦਿਨ ਕਬੂਚਾ atyproko sare ਸੋ ਮੁਹੰਮਦ ਗੋਰੀ ਦੇ ਭਾਰਤ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹਮਲੇ ਹੋਏ ਤਾਂ ਉਹਨਾਂ ਹਮਲਿਆਂ ਦੇ ਦੌਰਾਨ ਕੁਦਬ ਦੀ ਨਾਬ ਮੁਖਤਿਆਰ ਖਲਜੀ ਤਾਜ਼ੁਦਿਨ ਜਲਦੋਜ ਨਸਰੁਦਿਨ ਕਬੂਚਾ ਨੇ ਕਾਫੀ ਮਹੱਤਵਪੂਰਨ ਯੋਗਦਾਨ ਦਿੱਤਾ ਸੀ ਸੋ ਇਸੇ ਕਰਕੇ ਹੀ ਜਿਹੜਾ ਮੁਹੰਮਦ ਗੋਰੀ ਉਹ ਜਿੱਤ ਰਿਹਾ ਸੀਗਾ ਬਹੁਤ ਸਾਰੇ ਇਲਾਕੇ ਨੈਕਸਟ ਹੈ 32 ਨੰਬਰ ਮੁਹੰਮਦ ਗੋਰੀ ਨੇ ਸਭ ਤੋਂ ਪਹਿਲਾਂ ਕਿੱਥੇ ਹਮਲਾ ਕੀਤਾ ਸੀ ਸੋ ਆਪਸ਼ਨ 1 ਹੈ ਗੁਜਰਾਤ ਵਿਖੇ ਆਪਸ਼ਨ 2 ਹੈ ਮਲਤਾਨ ਵਿਖੇ ਆਪਸ਼ਨ 3 ਹੈ ਪੰਜਾਬ ਵਿਖੇ ਆਪਸ਼ਨ 4 ਹੈ ਤਰਾਇਨ ਵਿਖੇ ਮੁਹੰਮਦ ਗੋਰੀ ਦਾ ਭਾਰਤ ਦੇ ਵਿੱਚ ਸਭ ਤੋਂ ਪਹਿਲਾ ਹਮਲਾ ਜਿਹੜਾ ਉਹ ਮਲਤਾਨ ਦੇ ਵਿੱਚ ਹੋਇਆ ਸੀਗਾ ਨੈਕਸਟ ਹੈ 33 ਨੰਬਰ ਮਲਤਾਨ ਉੱਪਰ ਮੁਹੰਮਦ ਗੋਰੀ ਨੇ ਕਦੋਂ ਹਮਲਾ ਕੀਤਾ ਸੋ ਆਪਸ਼ਨ 1 ਹੈ 1175 ਦੇ ਵਿੱਚ ਆਪਸ਼ਨ 3 ਹੈ 1176 ਦੇ ਵਿੱਚ ਆਪਸ਼ਨ 3 ਹੈ 1178 ਦੇ ਵਿੱਚ ਆਪਸ਼ਨ 4 ਹੈ 1179 ਦੇ ਵਿੱਚ ਮੁਲਤਾਨ ਦੇ ਉੱਪਰ ਪਹਿਲਾ ਹਮਲਾ ਸੀਗਾ ਮੁਹੰਮਦ ਗੋਰੀ ਦਾ ਜੋ ਕਿ ਭਾਰਤ ਦੇ ਵਿੱਚ ਸੋ ਇਹ 1175 ਦੇ ਵਿੱਚ ਹੋਇਆ ਹੋਇਆ ਹਮਲਾ ਸੀਗਾ ਨੈਕਸਟ ਹੈ 34 ਨੰਬਰ ਮੁਹੰਮਦ ਗੋਰੀ ਨੇ ਗੁਜਰਾਤ ਉੱਪਰ ਕਦੋਂ ਹਮਲਾ ਕੀਤਾ অপਸ਼ਨ 1 ਹੈ 1176 ਦੇ ਵਿੱਚ অপਸ਼ਨ 2 ਹੈ 1177 ਦੇ ਵਿੱਚ অপਸ਼ਨ 3 ਹੈ 1178 ਦੇ ਵਿੱਚ অপਸ਼ਨ 4 ਹੈ 1179 ਦੇ ਵਿੱਚ ਸੋ ਮੁਹੰਮਦ ਗੋਰੀ ਨੇ ਗੁਜਰਾਤ ਦੇ ਉੱਪਰ ਹਮਲਾ ਕੀਤਾ ਹੈ 1178 ਦੇ ਵਿੱਚ ਅਤੇ ਦੂਜਾ ਹਮਲਾ ਸੀਗਾ ਮੁਲਤਾਨ ਤੋਂ ਬਾਅਦ ਭਾਰਤ ਦੇ ਵਿੱਚ ਨੈਕਸਟ ਹੈ 31 ਨੰਬਰ ਮੁਹੰਮਦ ਗੋਰੀ ਦੇ ਹਮਲੇ ਦੌਰਾਨ ਗੁਜਰਾਤ ਦਾ ਸ਼ਾਸਕ ਕੌਣ ਸੀ অপਸ਼ਨ A ਹੈ ਭੀਮਦੇਵ ਦੂਜਾ অপਸ਼ਨ 2 ਹੈ ਕੁਸਰੋ ਮਾਲਿਕ অপਸ਼ਨ 3 ਹੈ ਪ੍ਰithvi ਰਾਜ ਚੋਹਾਨ অপਸ਼ਨ 4 ਹੈ ਜੈ ਚੰਦ ਰਾਠੋ ਸੋ ਮੁਹੰਮਦ ਗੋਰੀ ਦੇ ਹਮਲੇ ਦੇ ਦੌਰਾਨ ਗੁਜਰਾਤ ਦਾ ਸ਼ਾਸਕ ਉਸ ਸਮੇਂ ਭੀਮਦੇਵ ਦੂਜਾ ਸੀਗਾ ਸੋ ਕਾਫੀ ਬਹਾਦਰ ਸੀਗਾ ਇਹ ਵੀ ਵਿਅਕਤੀ ਨੈਕਸਟ ਹੈ 36 ਨੰਬਰ ਗੁਜਰਾਤ ਦੀ ਲੜਾਈ ਦੇ ਵਿੱਚ ਜੋ ਕਿ 1175 ਦੇ ਵਿੱਚ ਹੋਈ ਸੀ ਇਸ ਦੇ ਵਿੱਚ ਕਿਸ ਦੀ ਹਾਰ ਹੋਈ ਸੀ ਸੋ অপਸ਼ਨ 1 ਹੈ ਮੁਹੰਮਦ ਗੋਰੀ অপਸ਼ਨ 2 ਹੈ ਭੀਮਦੇਵ অপশন 2 ਹੈ ਪ੍ਰਿਸੀ ਵਿਰਾਜ चौहान অপশন 4 ਹੈ ਜੈ ਚੰਦਰ ਰઠੌਰ ਸੋ ਇਹ ਲੜਾਈ ਹੈ ਜਿਹੜੀ ਉਹ ਮੁਹੰਮਦ ਗੋਰੀ ਤੇ ਭੀਮਦੇਵ ਦੇ ਵਿਚਕਾਰ ਹੋਈ ਸੀ ਔਰ ਗੁਜਰਾਤ ਦੀ ਲੜਾਈ ਦੇ ਵਿੱਚ ਮੁਹੰਮਦ ਗੋਰੀ ਦੀ ਜਿਹੜੀ ਹਾਰ ਹੋਈ ਸੀਗੀ ਸੋ ਇਸ ਲੜਾਈ ਦੇ ਦੌਰਾਨ ਮੁਹੰਮਦ ਗੋਰੀ ਨੂੰ ਜਿਹੜਾ ਆਪਣੀ ਜਾਨ ਬਚਾ ਕੇ ਦੌੜਨਾ ਪਿਆ ਸੀਗਾ ਨੈਕਸਟ ਹੈ 37 ਨੰਬਰ ਮੁਹੰਮਦ ਗੋਰੀ ਨੇ ਪੰਜਾਬ ਨੂੰ ਕਦੋਂ ਜਿੱਤਿਆ অপশন 1 ਹੈ 1186 ਦੇ ਵਿੱਚ অপশন 2 ਹੈ 1179 ਦੇ ਵਿੱਚ অপশন 3 ਹੈ 1182 ਦੇ ਵਿੱਚ অপশন 3 ਹੈ 1185 ਦੇ ਵਿੱਚ ਸੋ ਮੁਹੰਮਦ ਗੋਰੀ ਦੇ ਦੁਆਰਾ ਪੰਜਾਬ ਨੂੰ 1186 ਈਸਵੀ ਦੇ ਵਿੱਚ ਜੜਾ ਜਿੱਤਿਆ ਗਿਆ ਸੀਗਾ। ਨੈਕਸਟ ਹੈ 38 ਨੰਬਰ ਪੰਜਾਬ ਤੇ ਮੁਹੰਮਦ ਗੋਰੀ ਦੇ ਹਮਲੇ ਕਿਸ ਸ਼ਾਸਨ ਤੇ ਸੀ? ਸੋ ਪੰਜਾਬ ਤੇ ਮੁਹੰਮਦ ਗੋਰੀ ਦੇ ਹਮਲੇ ਸਮੇਂ ਕਿਸ ਦਾ ਸ਼ਾਸਨ ਸੀ? ਆਪਸ਼ਨ 1 ਹੈ ਭੀਮਦੇਵ ਦੂਜੇ ਦਾ, ਆਪਸ਼ਨ 2 ਹੈ ਖusro ਮਾਲਿਕ ਦਾ, ਆਪਸ਼ਨ 3 ਹੈ ਪ੍ਰਥਵੀ ਰਾਜ ਚੋਹਾਨ ਦਾ, ਆਪਸ਼ਨ 4 ਹੈ ਜੈ ਚੰਦ ਅਰઠੌਰ ਦਾ। ਸੋ ਪੰਜਾਬ ਦੇ ਉੱਪਰ ਕੁਸਰੋ ਮਾਲਿਕ ਦਾ ਜਿਹੜਾ ਸ਼ਾਸਨ ਸੀਗਾ ਜਿਸ ਸਮੇਂ ਮੁਹੰਮਦ ਗੋਰੀ ਨੇ ਪੰਜਾਬ ਦੇ ਉੱਪਰ ਹਮਲਾ ਕੀਤਾ ਸੀ। ਨੈਕਸਟ ਹੈ ਹੁਣ ਟਾਈਲ ਨੰਬਰ ਮੁਹੰਮਦ ਗੋਰੀ ਨੇ ਪੇਸ਼ਾਵਰ ਨੂੰ ਕਦੋਂ ਜਿੱਤਿਆ? ਆਪਸ਼ਨ 1 ਹੈ 1178 ਦੇ ਵਿੱਚ, ਆਪਸ਼ਨ 2 ਹੈ 1179 ਦੇ ਵਿੱਚ, ਆਪਸ਼ਨ 3 ਹੈ 1180 ਦੇ ਵਿੱਚ, ਆਪਸ਼ਨ 4 ਹੈ 1181 ਦੇ ਵਿੱਚ। ਤਾਂ ਮੁਹੰਮਦ ਗੋਰੀ ਨੇ ਪੇਸ਼ਾਵਰ ਨੂੰ ਜਿੱਤਿਆ ਹੈ 1179 ਈਸਵੀ ਦੇ ਵਿੱਚ। ਨੈਕਸਟ ਹੈ ਸੋ ਇਹ ਪੰਜਾਬ ਦੇ ਇਹਦੀ ਨਹੀਂ ਆਉਂਦੇ ਸੀ ਕਿ ਸਿਆਲਕੋਟ ਤੇ ਪੇਸ਼ਾਵਰ ਚਾਈਲਡ ਨੰਬਰ ਕੁਐਸਚਨ ਹੈ ਮੁਹੰਮਦ ਗੋਰੀ ਨੇ ਸਿਆਲਕੋਟ ਤੇ ਕਦੋਂ ਕਬਜ਼ਾ ਕੀਤਾ ਆਪਸ਼ਨ 1 ਹੈ 1178 ਦੇ ਵਿੱਚ ਆਪਸ਼ਨ 2 ਹੈ 1179 ਦੇ ਵਿੱਚ ਆਪਸ਼ਨ 3 ਹੈ 1180 ਦੇ ਵਿੱਚ ਆਪਸ਼ਨ 4 ਹੈ 1182 ਦੇ ਵਿੱਚ ਸੋ ਮੁਹੰਮਦ ਗੋਰੀ ਨੇ ਸਿਆਲਕੋਟ ਨੂੰ ਜਿਹੜਾ ਹੈ 1900 1182 ਦੇ ਵਿੱਚ ਜਿਹੜਾ ਜਿੱਤਿਆ ਸੀ ਠੀਕ ਹੈ ਸੋ ਅੱਜ ਦੇ ਸੈਸ਼ਨ ਦੇ ਵਿੱਚ ਇੰਨੇ ਕੁਚਨਸ ਸੋ ਆਸ ਕਰਦਾ ਕਿ ਸਭ ਦੇ ਲਈ ਹੈਲਪਫੁਲ ਰਹਿਣਗੇ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਔਰ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੀ ਤੁਸੀਂ ਨਾ ਭੁੱਲਿਆ ਕਰੋ ਤੇ ਜਿਹੜੇ ਵਿਦਿਆਰਥੀ ਨਵੇਂ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਥੈਂਕ ਯੂ ਸੋ ਮੱਚ